ਸੰਜੇ ਲੀਲਾ ਪੰਸਾਲੀ ਦੀ ਪ੍ਰੋਡਕਸ਼ਨ ਦੇ ਅੰਦਰ ਬਣੀ ਫਿਲਮ ਮਲਾਲ, ਜਿਨ੍ਹਾਂ ਦੇ ਵਿੱਚ ਦੋ ਨਿਊ ਕਮਰ ਜਾਣੀ ਕਿ ਜਾਵੇਦ ਜਾਫਰੀ ਦੇ ਬੇਟੇ ਸੰਜੇ ਲੀਲਾ ਪੰਸਾਲੀ ਦੇ ਭਤੀਜੇ ਡੈਬਿਊ ਕਰ ਰਹੇ ਹਨ। ਫਿਲਮ ਪਹਿਲਾਂ ਤਾਂ 28 ਜੂਨ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਉਸਦੀ ਤਾਰੀਖ ਨੂੰ ਅੱਗੇ ਵਧਾ ਦਿੱਤਾ ਗਿਆ ਹੈ ਤੇ 5 ਜੁਲਾਈ ਕਰ ਦਿੱਤਾ ਗਿਆ ਹੈ। ਅਭਿਨੇਤਰੀ ਕੰਗਨਾ ਰਣੌਤ ਇਸ ਸਮੇਂ ਆਪਣੀ ਫਿਲਮ ਮੈਂਟਲ ਹੈ ਕਿਆ ਨੂੰ ਲੈ ਕੇ ਕਾਫੀ ਵਿਅਸਤ ਹੈ, ਤਾਂ ਹੀ ਤਾਂ ਉਨ੍ਹਾਂ ਨੂੰ ਡਬਿੰਗ ਦੌਰਾਨ ਸਪੌਟ ਕੀਤਾ ਗਿਆ। ਅਭਿਨੇਤਰੀ ਦੀਪਿਕਾ ਪਾਦੂਕੋਣ ਨੂੰ ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਸਪੌਟ ਕੀਤਾ ਗਿਆ, ਜਿੱਥੋਂ ਉਹ ਵਿਦੇਸ਼ ਦੇ ਲਈ ਰਵਾਨਾ ਹੋਈ। ਸ਼ਰਧਾ ਕਪੂਰ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਸ਼ੂਟਿੰਗ ਦੇ ਲਈ ਆਸਟ੍ਰੇਲੀਆ ਗਈ ਹੋਈ ਸੀ, ਜਿੱਥੋਂ ਵਾਪਸ ਆਉਂਦੇ ਵਕਤ ਉਨ੍ਹਾਂ ਨੂੰ ਇੰਟਰਨੈਸ਼ਨਲ ਏਅਰਪੋਰਟ ਤੇ ਸਪੌਟ ਕੀਤਾ ਗਿਆ। ਫਿਲਮ ਮੇਕਰ ਅਭਿਨੇਤਰੀ ਡਾਇਰੈਕਟਰ ਫਰਾਹ ਖਾਨ ਨੂੰ ਜੂਹੂ ਸੈਲੂਨ ਵਿੱਚ ਸਪੌਟ ਕੀਤਾ ਗਿਆ, ਜਿੱਥੇ ਉਹ ਮੇਕਅਪ ਸੈਸ਼ਨ ਦੇ ਲਈ ਗਈ ਹੋਈ ਸੀ। ਫੈਮਿਲੀ ਆਫ ਠਾਕੁਰਗੰਜ ਦੀ ਸਟਾਰਕਾਸਟ ਨੰਦੀਸ਼ ਅਤੇ ਪਰਿਣੀਤੀ ਰਾਏ ਨੇ ਮੁੰਬਈ ਵਿੱਚ ਮੀਡੀਆ ਨਾਲ ਗੱਲਾਂਬਾਤਾਂ ਕੀਤੀਆਂ ਅਤੇ ਜੋ ਟ੍ਰੇਲਰ ਨੂੰ ਇੰਨਾ ਵਧੀਆ ਰਿਸਪੌਂਸ ਮਿਲ ਰਿਹਾ ਹੈ, ਉਸਦੇ ਬਾਰੇ ਵਿੱਚ ਆਪਣਾ ਤਜਰਬਾ ਵੀ ਸਾਂਝਾ ਕਰਦੇ ਹੋਏ ਦਿਖਾਈ ਦਿੱਤੇ। I think every time जब भी मैं कुछ नया करती हूँ मैं बहुत एक्साइटेड हो जाती हूँ, वो एक चाइल्ड लाइक एंथुजियाज्म आ जाती है, मैं बहुत खुश हो जाती हूँ, ये तो वही वाली एक्साइटमेंट थी जब मैंने शुरुआत की एंड शुरू से एंड तक एंड राइट नाउ इवन अभी जब मैं कॉन्फ्रेंस पे बैठी हूँ एंड टिल द रिलीज ऑफ द फिल्म एंड इवन आफ्टर दैट, सो हर नई चीज़ बहुत ही खुशी देती है मुझे, बहुत ही एक्साइटमेंट देती है, मुझे लगता है कुछ नया करने वाली हूँ, तो उसी उत्साह के साथ मैंने शुरुआत की। देन जब मुझे कास्टिंग का मैसेज मिला था तो आई ऑफकोर्स न्यू कि माही गिल एंड जिमी शेर गिल आर गोना बी अ पार्ट ऑफ इट एंड आई वाज ओवरवेल्म्ड टू नो दैट बिकॉज ये बहुत ही एक्सपीरियंस्ड एक्टर्स हैं एंड फॉर माई फर्स्ट फिल्म आई हैव ऑलवेज थॉट ऑफ यू नो वर्किंग विद सच एक्सपीरियंस्ड एक्टर्स बिकॉज उनकी से सीखने को बहुत कुछ मिलता है because just everything that not just how they are as actors but how their conduct is on the set aap sab kuch seekh sakte hain, so that is what I learned।